ਨੇ ਲੜਾਈ ਤੇ ਫੋਕ ਤੋਂ ਤੰਗ ਆਣ ਕੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਕਲਗੀ ਧਾਰ ਨੂੰ ਕਿਸ ਤਰ੍ਹਾਂ ਬਦਾਵਾ ਦਿੱਤੇ ਜਾਂਦੇ ਨੇ ਆ ਬਾਤੋਂ ਬਾਤਿਆ ਉਹ ਕੰਨੀ ਜਰੀ ਜਾਂਦੀ ਅਸੀਂ ਰਾਜ ਬੈਸਾ ਪੁੱਛੇ ਰਹਿ ਰਹਿ ਕੇ ਸਾਨੂੰ ਚੋਪਚਾ ਪੀਤੀਆਂ ਜਾਣਦੇ ਤੂੰ ਅਸੀਂ ਸਕਦੇ ਹਾਂ ਤੈਨੂੰ ਕਹਿ ਕਹਿ ਕੇ ਮੱਦਿਆ ਰੂਵੀ ਤੇ ਤੈਨੂੰ ਚੁੱਕਦਾ ਨਹੀਂ ਡਾਲਾ ਸਾ ਤੋਂ ਅੱਜ ਤੇ ਪੈਂਦੀਆਂ ਨੇ ਹੁਣ ਤੇ ਦਾਤਿਆ ਜੰਗ ਦੀ ਆਪ ਤੋਂ ਹੀ ਕਿਸਾਨ ਸਾਲ ਗਏ ਸਾਡੇ ਨੂੰ ਪੈਂਦੀਆਂ ਨੇ ਕਲਗੀ ਵਾਲੇ ਨੇ ਆਖਿਆ ਜੋ ਬੇਸ਼ੱਕ ਪਰ ਸਾਡੇ ਨਾਲ ਸਾਬ ਮਸਾਈ ਜਾਵੋ ਸਾਡੀ ਖਾਂ ਚ ਪਸ ਸਦਾ ਨਹੀਂ ਮੁੱਕ ਗਈ ਹੈ ਸਾਗ ਕੁੱਲੇ ਖਿੱਚੇ ਇੰਨਾ ਫੜਾਈ ਜਾਵੋ ਕਾਗਜ਼ ਲਿਖਿਆ ਸਿਦਕ ਤੋਂ ਦੁਨੀਆਂ ਨੇ ਸਾਥੋਂ ਪੁੱਛਿਆ ਤੋਂ ਖੰਡੇ ਵੱਜਦੇ ਨਹੀਂ ਕਲਗੀ ਵਾਲਾ ਨਹੀਂ ਅੱਜ ਤੂੰ ਗੁਰੂ ਸਾਡਾ ਕਲਗੀ ਵਾਲੇ ਦੇ ਅਸੀਂ ਕੁਝ ਲੱਗਦੇ ਨਹੀਂ ਮਾਰੇ ਭੁੱਖ ਦੇ ਮਾਵਾਂ ਦੇ ਸ਼ੇਰੀਓ ਕੋ ਮਾਂਦਰ ਗਿੱਦਾਂ ਘਰਾਂ ਨੀ ਨਾਸੀਆ ਸਰਦੀਆਂ ਸਿੱਧੀਆਂ ਨੂੰ ਜਿਹੜੇ ਨੱਤੜਦੇ ਸੀ ਅੱਜ ਭੁੱਖ ਹੱਥੋਂ ਕੋ ਬੇਵਾਸੀਆ ਸਿੰਘਾਂ ਨੂੰ ਆਉਂਦਿਆਂ ਵੇਖ ਕੇ ਤੇ ਸਿੰਘੀਆਂ ਕੀ ਕਹਿੰਦੀਆਂ ਅੱਗੋਂ ਸਿੰਘਣੀਆਂ ਛੀਣੀਆਂ ਭੜਕ ਆਈਆਂ ਤੁਸੀਂ ਭੁੱਖ ਵਿੱਚ ਗੁਣੇ ਜੇ ਗੱਜਦੇ ਨਹੀਂ ਅਸੀਂ ਕੁਝ ਤੁਸਾਡੀਆਂ ਲੱਗਦੀਆਂ ਨਹੀਂ ਅੱਜ ਤੋਂ ਤੁਸੀਂ ਸਾਡੇ ਕੁਝ ਲੱਗਦੇ ਨਹੀਂ ਜੂੜੇ ਖੋਲ ਕੇ ਨਿੱਜੀਆਂ ਕਰੋ ਖੇਤੀ ਕੁੰਗੂ ਵਿੱਚ ਸਵਾਦਾ ਪਾਲੋਂਗੇ ਤੇ ਪੌਡਰ ਤੁਸਾਂ ਸ਼ਰਮਾ ਦੱਸਦੀਆਂ ਕਾਲਸ ਪਵੇ ਦੀ ਮੱਥੇ ਤੇ ਲਾ ਲੋਵੇ ਪੱਗਾਂ ਪਾੜ ਕੇ ਚੁੰਨੀਆਂ ਲਾ ਸੁਰਤੇ ਪੈਰਾਂ ਪੀਕਣਾ ਕੁੰਡ ਲਮਕਾ ਲੋ ਵੇਖਣ ਚੱਕਣਾ ਹੁਣ ਸਦੀ ਰੱਤ ਵਾਲੇ ਪਰਦੇ ਸੁਖੀਆਂ ਦੇ ਵਿੱਚ ਲਟਕਾ ਲੋ ਕੀ ਤੁਸਮ ਗੱਲ ਨਾ ਜੱਤੀਆਂ ਦਾ ਤੁਸੀਂ ਵਾਰ ਅੰਤਰ ਜੋਲ ਖਤਿਆ ਤੁਹਾਡੀ ਅੰਸ ਦੇ ਕੋਲੋਂ ਨਹੀਂ ਹਜ਼ਮ ਹੋਇਆ ਤੁਸੀਂ ਆਪ ਉਗਲਾ ਸਿੱਖਿਆ ਕੱਢੀਆ